ਆਕਾਸ਼ਵਾਣੀ ਜੰਮੂ ਹੈ ਹੁਣ ਤੋਂ ਸ਼ੁਗਫਤਾ ਚੌਧਰੀ ਕੋਲਾਂ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਕਰਤਵੇ ਪਤ ਪਰ ਮੇਰੀ ਪਾਰਟੀ ਮੇਰਾ ਦੇਸ਼ ਅਭਿਆਨ ਤਹਿਤ ਅੰਮ੍ਰਿਤ ਕਲਸ਼ ਯਾਤਰਾ ਦੇ ਕਾਰਜਕ੍ਰਮ ਚ ਹਿੱਸਾ ਲੈਣਗਣ ਇਸ ਕਾਰਜਕ੍ਰਮ ਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਸਮਾਪਨ ਸਮਾਰੋਹ ਵੀ ਹੋਗ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਦੇਸ਼ ਲਈ ਸਰਵੋੱਚ ਬਲੀਦਾਨ ਦੇਣ ਵਾਲੇ ਵੀਰਿਆਂ ਸੇ ਸ਼ਰਧਾਂਜਲੀ ਹੈ ਸ਼੍ਰੀ ਮੋਦੀ ਹੋਰ ਇਸ ਕਾਰਜਕ੍ਰਮ ਦੌਰਾਨ ਅੰਮ੍ਰਿਤ ਵਾਟਿਕਾ ਤੇ ਅੰਮ੍ਰਿਤ ਸਮਾਰਕ ਮਹੋਤਸਵ ਦਾ ਉਦਘਾਟਨ ਕਰਨਗਣ ਉਹ ਦੇਸ਼ਾਂ ਦੇ ਬਾਕ-ਬਾਕ ਇਸੇ ਥਾਮਾ ਇਸ ਕਾਰਜਕ੍ਰਮ 'ਚ ਸ਼ਾਮਲ ਹੋਣ ਵਾਲੇ ਜਾ ਰਹੇ ਅਮ੍ਰਿਤ ਕਲਸ਼ ਯਾਤਰੀਆਂ 'ਗੇ ਸੰਬੋਧਿਤ ਕਰਗਨ ਇਸ ਕਾਰਜਕ੍ਰਮ ਦੌਰਾਨ ਪ੍ਰਧਾਨ ਮੰਤਰੀ ਔਰ ਯੁਵਾਆਂ 'ਸਤੇ ਮੇਰਾ ਯੁਵਾ ਭਾਰਤ ਮਾਈ ਭਾਰਤ ਮੰਚ ਦਾ ਵੀ ਉਦਘਾਟਨ ਕਰਗਨ ਮੇਰੀ ਮਾਟੀ ਮੇਰਾ ਦੇਸ਼ ਅਭਿਆਨ ਨੇ ਬੜੀ ਮਤੀ ਸਫਲਤਾ ਹਾਸਲ ਕੀਤੀ ਹੈ ਜਿਹਦੇ 'ਚ 66 ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 2 ਲੱਖ 3000 ਸ਼ਿਲਪ ਕਲਾਮ ਬਣਾਏ ਗਏ ਨੇ ਤਕਰੀਬਨ 4 ਕਰੋੜ 5 ਪ੍ਰਾਂਤ ਸਗੰਧ ਆਲੀ ਸਾਲਫੀਆਂ ਅਪਲੋਡ ਕੀਤੀਆਂ ਗਈਆਂ ਅਤੇ ਦੇਸ਼ਾ ਦੇ 2 ਲੱਖ ਵੀਰੋਂ ਦਾ ਵंदन ਕਾਰਜਕ੍ਰਮ ਦਾ ਆਯੋਜਨ ਵੀ ਕੀਤਾ ਗਿਆ। ਮੇਰੀ ਮਾਟੀ ਮੇਰਾ ਦੇਸ਼ ਕਾਰਜਕ੍ਰਮ ਦੇ ਸਮਾਪਨ ਸਮਾਰੋਹ ਇਸਾ ਲੈਣ ਲਈ ਛੇਤੀ ਰਾਜੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਰਾਜਧਾਨੀ ਦਿੱਲੀ ਪੁੱਜੀ ਗਏ। ਕੇਂਦਰੀ ਸੱਭਿਆਚਾਰੀ ਮੰਤਰਾਲੇ ਨੇ ਆਖਿਆ ਹੈ ਜੇ ਮੇਰੀ ਮਾਟੀ ਮੇਰਾ ਦੇਸ਼ ਉਪਰ ਇੱਕ ਦਿਨੇ ਦੇ ਕਾਰਜਕ੍ਰਮ ਦਾ ਆਯੋਜਨ ਅੱਜ ਕੀਤਾ ਜਾਗ ਜੇਦੇ ਚ ਬਖ ਬਖ ਰਾਜੇਧਮਾ ਆਏ ਦੇ ਪ੍ਰਤੀਨਿਧੀ ਇੱਕ ਵਿਸ਼ੇਸ਼ ਮਾਰਚ ਚ ਇਸਾ ਲੰਗਨ ਇਸ ਮੌਕੇ ਪਰ ਤੇਸ਼ ਭక్తి ਗੀਤ ਤੇ ਸੱਭਿਆਚਾਰੀ ਨਾਚਖਾਨੇ ਦਾ ਆਯੋਜਨ ਵੀ ਕੀਤਾ ਜਾਗ ਰਾਜੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ੇ ਦੇ ਨੁਮਾਇंदे ਇੱਕ ਭਾਰਤ ਸ਼੍ਰੇਸ਼ਟ ਭਾਰਤੀ ਭਾਵਨਾ ਦੀ ਦਰਸਾਉਂਦੇ ਹੋਈ ਇੱਕ ਵਿਸ਼ਾਲ ਮਿੱਟੀ ਕਲਸ਼ ਚ ਮਿੱਟੀ ਪਾਗਨ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੰਨੇਪਾਨਾ ਗੋਲੇਬਾਰੀ ਸਰਮੰਦੀ ਚੇਂਤਾ ਤੇ ਮੱਦੇਨਜ਼ਰ ਅੰਤਰਰਾਸ਼ਟਰੀ ਬੰਨੇ ਤੇ ਨਿਯੰਤਰਣ ਰੇਖਾ ਯਾਨੀ ਐਲਓਸੀ ਤੋਂ ਮ 5 ਕਿਲੋਮੀਟਰ ਦੇ ਅੰਦਰ ਪਟਾਕਿਆਂ ਦੀ ਵਿਕਰੀ ਤੇ ਇਸਤੇਮਾਲ ਉੱਪਰ ਰੋਕ ਲਾਈ ਦਿੱਤੀ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਹੋਰ ਇਹ ਹੁਕਮ ਜਾਰੀ ਕਰਦੇ ਹੋਏ ਆਖਿਆ ਜੇ ਬੰਬ ਪਟਾਕੇ ਦਾ ਮਤਾ ਇਸਤੇਮਾਲ ਖਾਸ ਤੌਰ ਪਰ ਅੰਤਰਰਾਸ਼ਟਰੀ ਬੰਨੇ ਕਾ ਬਿਆਨ ਦੇ ਟੈਮਾ ਪਰ ਦਿਖਿਆ ਜਾਂਦਾ ਹ ਤੇ ਐਸੀ ਗਤੀਵਿਧੀਆਂ ਅਕਸਰ ਸੁਰੱਖਿਆ ਬਲੇਜ ਸ਼ਸ਼ੋਪੰਧ ਪੈਦਾ ਕਰਦੀਆਂ ਹਨ ਇਸ ਫੈਸਲੇ ਦਾ ਮਕਸਦ ਇਹ ਹੈ ਜੇ ਬੰਨੇ ਪਾਰਾਥਮਾ ਗੋਲਾਬਾਰੀ ਦੀ ਮੇਰ ਚ ਮਕਾਮੀ ਗ੍ਰਾਮੀਣ ਇਲਾਕੇ ਚ ਕੁਸੇ ਵੀ ਸ਼ਾਂਤੀ ਪੰਗ ਕਰਨੇ ਵਾਲੀ ਗਤੀਵਿਧੀਆਂ ਤੇ ਉਲੰਘਣ ਕਰਨੇ ਵਾਲੇ ਖਿਲਾਫ ਸਖਤ ਕਾਰਵਾਈ ਕਰੀਏ ਰੋਕਣਾ ਹੈ ਪਾਕਿਸਤਾਨ ਆਸੇ 10 ਅਕਤੂਬਰ ਦੇ 26 ਅਕਤੂਬਰ ਕੀ ਕੀਤੀ ਗਈ ਦੀ ਗੋਲਾਬਾਰੀ ਕਰੀ ਦਿਯਾਲੀ ਦੇ ਨੇੜੇ ਇਸ ਪਾਬੰਦੀ ਕੀ ਲਾਗੂ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਚੇ ਸ਼ੰਕਰ ਓਰੇ ਅੱਜ ਕਟਰ ਮਾਮਲੇ ਜਿਸ ਰਾ 17 ਲਾਤੇ ਗਏ ਦੇ ਅਠਵੇਂ ਭਾਰਤੀ ਦੇ ਪਰਿਵਾਰਕ ਨੇ ਮਲਾਟੀ ਕੀਤੀ। ਸੋਸ਼ਲ ਮੀਡੀਆ ਦੇ ਇੱਕ ਪੋਸਟ ਡਾਕਟਰ ਜੈ ਸ਼ੰਕਰ ਓਰੇ ਆਖਿਆ ਜੋ ਉਹਨੇ ਇਸ ਗੱਲੇ ਪਰ ਜ਼ੋਰ ਪਰ ਆਇਆ ਜੇ ਸਰਕਾਰ ਇਸ ਮਾਮਲੇ ਕੀ ਸਾਰੇ ਸ਼ਮਤਾ ਮਤਵ ਦਿੰਦੀ ਹੈ ਤੇ ਇਹਨੇ ਪਰਿਵਾਰ ਆਲੇ ਦੀ ਚੇਂਤਾ ਦੇ ਪੀੜੇਂਗੀ ਪੂਰੀ ਚਾਲੀ ਕੰਨੇ ਸਾਂਝਾ ਕਰਦੀ ਹੈ। ਉਨੇ ਇਸ ਗੱਲੇ ਕੀ ਉਜਾਗਰ ਕੀਤਾ ਜੇ ਸਰਕਾਰ ਕਟਰ ਵਾਲੇ ਮਾਮਲੇ 'ਚ ਇਰਾਸਾ ਚ ਲਾਤੇ ਗਏ ਦੇ ਅਠੇ ਭਾਰਤੀਆਂ ਗੀ ਰਿਹਾ ਕਰਾਣੇ ਲਈ ਅਰ ਚਾਲੀ ਦੇ ਜਤਨੇ ਕੀ ਯਕੀਨੀ ਬਣਾਉਗ ਵਿਦੇਸ਼ ਮੰਤਰੀ ਹੋਰੇ ਆਖਿਆ ਜੇ ਉਹ ਇਸ ਸਰਮੰਦੇ ਚ ਪਰਿਵਾਰ ਵਾਲੇ ਕੰਨੇ ਨੇੜ ਮੇ ਤਾਲਮੇਲ ਬਣਾਈ ਰਖਗਨ ਸਵੈਚ ਭਾਰਤ ਅਭਿਆਨ ਤਹਿਤ ਸਵਚਾਲੇ ਬਣਾਨੇ ਮਗਨ ਸਕੂਲਾਂ 'ਚ ਕੁੜੀਆਂ ਦਾ ਦਾਖਲਾ ਵਧ ਗਿਆ ਹੈ ਇਹ ਗੱਲ ਕੱਲ ਨਵੀਂ ਦਿੱਲੀ 'ਚ ਸਿਹਤ ਤੇ ਪਰਿਵਾਰ ਕਲਿਆਣ ਮਹਿਕਮੇ ਦੇ ਅਧਿਰਿਕ ਸਚਿਵ ਰੋਲੀ ਸਿੰਘੂ ਨੇ ਇੱਕ ਸਾਲਾਨਾ ਸਿਹਤ ਸੰਮੰਧੀ ਸੰਮੇਲਨ FICCRI ਹੀਲ ਦੇ 17ਵੇਂ ਸੰਸਕਰਣ ਕੀ ਸੰਬੋਧਿਤ ਕਰਦੇ ਹੋਏ ਆਖੀ ਭਾਰਤ ਨੇ ਮੌਜੂਦਾ ਮਾਲੀ ਬਾਰੇ ਦੇ ਪਹਿਲੇ 5 ਮਹੀਨਿਆਂ 'ਚ ਅੰਬ ਦੇ ਨਿਆਅ 'ਚ ਮਤੀ ਤਰੱਕੀ ਦਰਜ ਕੀਤੀ ਹੈ ਜਿਹਦੇ 'ਚ 47 ਮਿਲੀਅਨ ਅਮਰੀਕੀ ਡਾਲਰਾਂ ਸ਼ਮਤੇ ਦਾ ਅੰਬ ਨਿਰਯਾਤ ਕੀਤਾ ਗਿਆ ਹੈ ਬੰਜ ਤੇ ਉਦਯੋਗ ਮੰਤਰਾਲੇ ਨੇ ਆਖਿਆ ਹੈ ਜਿ ਭਾਰਤ ਨੇ ਇਸ ਦੌਰਾਨ ਤਕਰੀਬਨ 27000 ਮੀਟ੍ਰਿਕ ਟਨ ਅੰਬੇ ਦਾ ਨਿਰਯਾਤ ਕੀਤਾ ਹੈ ਮੰਤਰਾਲੇ ਨੇ ਇਹ ਵੀ ਆਖਿਆ ਹੈ ਜਿ ਭਾਰਤ ਨੇ ਪਿਛਲੇ ਮਾਲੀ ਬਾਰੇ ਦੀ ਬਨਸਬਤ 19 ਫੀਸਦੀ ਬੜੋਤਰੀ ਦਰਜ ਕਰੀਏ ਅਮਰੀਕਾ 'ਚ 파ਤੀ ਅੰਬੇ ਦੇ ਨਿਆਅ 'ਚ ਮਰੀ ਮਤੀ ਸਫਲਤਾ ਹਾਸਲ ਕੀਤੀ ਹੈ ਪਾਰਤ ਨੇ ਪਹਿਲੀ ਵਾਰ ਅਮਰੀਕਾ ਚ 2000 ਮੀਟ੍ਰਿਕ ਟਨ ਸ਼ਮਤੇ ਅੰਬੇਦਾ ਨਿਰਯਾਤ ਕੀਤਾ ਹੈ ਬੀਜੇਪੀ ਸਾਂਸਦ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੈਫਟੀਨੈਂਟ ਗਵਰਨਰ ਮਨੋਤ ਸਿਨਾਉਂ ਦਾ ਕੇਂਦਰ ਸਰਕਾਰ ਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕਲਿਆਨ ਤੇ ਜਨਤਾ ਦੀ ਭਲਾਈ ਬਿਹਤਰੀ ਆਸਤੇ ਕੀਤੇ ਗਏ ਦੇ ਸਾਂਝੇ ਯਤਨੇ ਪ੍ਰਤੀ ਆਭਾਰ ਪ੍ਰਗਟ ਕੀਤਾ। ਬਠਿੰਡੀ ਚ ਇੱਕ ਜਨ ਸਭਾ ਕੀ ਸੰਬੋਧਿਤ ਕਰਦੀ ਹੋਈ ਸਾਂਸਦ ਗੁਲਾਮ ਅਲੀ ਖਟਾਨਾ ਔਰ ਕੇਂਦਰ ਸਰਕਾਰ ਤੇ ਮਕਾਮੀ ਪ੍ਰਸ਼ਾਸਨ ਆਸਿਆਂ ਕੀਤੀ ਗਏ ਦੀ ਪਹਿਲ ਕਦਮੀ ਦੀ ਸਰਾਹਨਾ ਕੀਤੀ ਤੇ ਆਖਿਆ ਜੇ ਇਹਨੇ ਪਹਿਲ ਕਦਮੀਆਂ ਦਾ ਮਕਸਦ ਇਹ ਯਕੀਨੀ ਬਣਾਣਾ ਹੈ ਜੇ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਲੋ ਅਕਤੂਬਰ ਬੜੀ ਵੱਧ ਗਿਣਤਰੀ ਚ ਲੋਕ ਬੀਜੇਪੀ ਚ ਸ਼ਾਮਲ ਹੋਈ ਗਏ ਕਿਸ਼ਤਵਾਰ ਜਿਲ੍ਹੇ ਦੇ ਰੋਮਾਂਚਕ ਸਾਲਸਫਾ ਤੇ ਸਰਦੀਆਂ ਦੀ ਖੇਡਾਂ 'ਤੇ ਬੜਾਵਾ ਦੇਣ ਲਈ ਸਿੰਥਨ ਇਲਾਕੇ 'ਚ ਕੱਲ ਸਨੋ ਸਕਿੰਗ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ 'ਚ 50 ਤੋਂ ਵੱਧ ਗਿੰਤਰੀ 'ਚ ਸਕੇਅਰਾਂ ਦੀ ਪਾਗੇਦਾਰੀ ਦੇਖੀ ਗਈ। ਜਿੰਦੇ ਜਵਾਹਰ ਇੰਸਟੀਚੂਟ ਆਫ ਮੋਨਿਟਰਿੰਗ ਤੇ ਵਿంటర్ ਸਪੋਰਟਸ ਦੇ ਸਖੇਤਰੂ ਵੀ ਸ਼ਾਮਲ ਹੈ। ਇਸ ਆਲੇ ਨੇ ਆਲੇ 'ਚ ਮਤੀ ਗਿੰਤਰੀ ਕੁੜੀਆਂ ਦੀ ਹੀ ਜਿਹਦੇ ਕੰਨੇ ਸਰਦੀਆਂ ਦੀ ਖੇਡਾਂ 'ਚ ਮਹਿਲਾਵਾਂ ਦੀ ਵੱਧਦੀ ਰੁਚੀ ਤੇ ਇਸੇਦਾਰੀ ਕੀ ਉਜਾਗਰ ਕੀਤਾ ਗਿਆ ਹੈ। ਇਕ ਛੋਟਾੜਿਕ ਖਜ਼ਵੇ ਦਾ ਰਤਨ ਜਿਹਦੇ ਵਿੱਚ ਰੋਮਾਂਚਕ ਸਲਸਫਾ ਦੇ ਸਰਦੀਆਂ ਦੇ ਖੇਡਣ ਦੀ ਬੜੀ ਮਤੀ ਸੰਭਾਵਨਾ ਹੈ। ਇਹ ਦੇ ਕੰਨੇ ਕੀ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ।